16 ਸੈਂਪਲ ਆਏ ਸੀ। 16 ਦੇ ਵਿੱਚੋਂ 12 ਜਿਹੜੀ ਰਿਪੋਰਟਾਂ ਫੇਲ ਸੈਂਪਲ ਆਏ ਆ, ਕਿਉਂਕਿ ਲੋਕਲ ਏਰੀਆ ਸੁਲਤਾਨਪੁਰ ਦਾ ਏਰੀਆ ਸੀ, ਬੀਬੇ ਨਾਨਕੀ ਨਗਰ ਹੋ ਗਿਆ, ਮਗਨ ਟਾਊਨ ਏਰੀਆ ਹੋ ਗਿਆ, ਪ੍ਰੇਮਪੁਰਾ ਮੁਹੱਲਾ ਹੋ ਗਿਆ, ਫੇਲ ਚੁੱਕੀਆਂ ਹੋਈਆਂ, ਠੀਕ ਹੈ, ਮਗਨ ਟਾਊਨ ਏਰੀਆ ਵਿੱਚੋਂ ਮਤਲਬ ਫੇਲ ਆਏ, ਠੀਕ ਹੈ। ਉਸ ਤੋਂ ਬਾਅਦ ਵੀ ਕੋਈ ਸੈਂਪਲ ਲੈ ਗਿਆ? ਉਸ ਤੋਂ ਬਾਅਦ ਉਹਨੂੰ ਰੀਵੈਰੀਫਾਈ ਕਰਨ ਵਾਸਤੇ ਆਪਾਂ ਸੈਕਿੰਡ ਵਾਸਤੇ ਆਪਣੇ ਸੈਂਪਲ ਕੱਲ੍ਹ ਕਲੈਕਟ ਕੀਤੇ ਆ, 16 ਸੈਂਪਲ ਉਹਨੂੰ ਚੰਡੀਗੜ੍ਹ ਖੜ੍ਹੇ ਜਿਹੜੀ ਲੈਬ ਦੇ ਵਿੱਚ ਭੇਜਾਂਗੇ ਕ੍ਰੋਸ ਵੈਰੀਫਿਕੇਸ਼ਨ ਵਾਸਤੇ। ਕੋਈ 12 ਸੈਂਪਲ ਫੇਲ ਆਏ? ਹਾਂ, ਕੋਈ 12 ਸੈਂਪਲ। ਕੋਈ ਮਰੀਜ਼ ਵੀ ਆਏ ਦੋਵਾਂ? ਸਰ ਮਰੀਜ਼ ਆਏ ਹੋਏ ਅੱਜ ਦੀ ਡੇਟ 'ਚ, ਅਗਰ ਮਤਲਬ ਪਿਛਲੇ ਹਫ਼ਤੇ ਲਾਸਟ ਵੀਕ 16 ਤੋਂ 20 ਮਰੀਜ਼ ਜਿਹੜੇ ਆਪਾਂ ਨੂੰ ਦਾਖਲ ਹੋਏ ਸੀਗੇ, ਤੋ ਇਲਾਜ ਕਰਵਾ ਕੇ ਉਹਨੂੰ ਸਿਹਤ ਸਲਾਮਤ ਘਰ ਭੇਜ ਦਿੱਤਾ ਗਿਆ ਹੈ। ਅੱਜ ਦੀ ਤਰੀਕ ਸਰ 2 ਪੇਸ਼ੈਂਟ ਆਪਾਂ ਨੂੰ ਦਾਖਲ, ਕਿਹੜੀ ਕਿਹੜੀ ਬਿਮਾਰੀਆਂ ਦਾ? ਉਹਦੇ ਵਿੱਚ ਥੱਲੇ ਬਣੇ ਟੱਟੀਆਂ ਉੱਟੀਆਂ ਨੇ ਫੇਰ ਉਸ ਤੋਂ ਬਾਅਦ ਬੀਪੀ ਘੱਟ ਜਾਂਦਾ। ਆ ਜੇ ਕੋਈ ਬਚਾਅ ਵਾਸਤੇ ਅਸੀਂ ਤਾਂ ਮਿਊਂਸਪਲ ਕਾਰਵਾਈ ਕਮੇਟੀ ਨੂੰ ਲੈਟਰ ਲਿਖ ਦਿੱਤੀ ਆ ਵੀ ਆਪਣੀ ਪਾਣੀ ਦੀ ਸਫਾਈ ਕਰਾਈ ਜਾਵੇ, ਕਲੋਰੀਨੇਸ਼ਨ ਟੇਬਲ ਪਾਏ ਜਾਣ, ਠੀਕ ਹੈ ਨਾ, ਆਪਾਂ ਸੀਵਰੇਜ ਸਿਸਟਮ ਜਿਹੜਾ ਉਹਨੂੰ ਸਹੀ ਕਰਾਇਆ। ਲੋਕਾਂ ਨੂੰ ਅਪੀਲ ਕਰਨੀ ਪਾਣੀ ਜਿਹੜਾ ਆਪਾਂ ਉਬਾਲ ਕੇ ਪੀਣ, ਠੀਕ ਹੈ, ਫਿਲਟਰ ਵਾਲਾ ਪਾਣੀ ਪੀਣ, ਠੀਕ ਹੈ ਨਾ, ਮੋਸਟਲੀ ਇਸ ਤੋਂ ਤਾਂ ਹੀ ਬਚਾਇਆ ਜਾ ਸਕਦਾ। 16 ਸੈਂਪਲ ਆਏ ਸੀ, 16 ਦੇ ਵਿੱਚੋਂ 12 ਜਿਹੜੀ ਰਿਪੋਰਟਾਂ ਫੇਲ ਸੈਂਪਲ ਆਏ ਹੋਏ ਆ, ਕਿਉਂਕਿ ਲੋਕਲ ਏਰੀਆ ਸੁਲਤਾਨਪੁਰ ਦਾ ਏਰੀਆ ਸੀ, ਬੀਬੇ ਨਾਨਕੀ ਨਗਰ ਹੋ ਗਿਆ, ਮਗਨ ਟਾਊਨ ਏਰੀਆ ਹੋ ਗਿਆ, ਪ੍ਰੇਮਪੁਰਾ ਮੁਹੱਲਾ ਹੋ ਗਿਆ, ਫੇਲ ਚੁੱਕੀਆਂ ਹੋਈਆਂ, ਠੀਕ ਹੈ, ਮਗਨ ਟਾਊਨ ਏਰੀਆ ਵਿੱਚੋਂ ਮਤਲਬ ਫੇਲ ਆਏ, ਠੀਕ ਹੈ। ਉਸ ਤੋਂ ਬਾਅਦ ਵੀ ਕੋਈ ਸੈਂਪਲ ਲੈ ਗਿਆ? ਉਸ ਤੋਂ ਬਾਅਦ ਉਹਨੂੰ ਰੀਵੈਰੀਫਾਈ ਕਰਨ ਵਾਸਤੇ ਆਪਾਂ ਸੈਕਿੰਡ ਵਾਸਤੇ ਆਪਣੇ ਸੈਂਪਲ ਕੱਲ੍ਹ ਕਲੈਕਟ ਕੀਤੇ ਆ, 16 ਸੈਂਪਲ ਉਹਨੂੰ ਚੰਡੀਗੜ੍ਹ ਖੜ੍ਹੇ ਜਿਹੜੀ ਲੈਬ ਦੇ ਵਿੱਚ ਭੇਜਾਂਗੇ ਕ੍ਰੋਸ ਵੈਰੀਫਿਕੇਸ਼ਨ ਵਾਸਤੇ। ਕੋਈ 12 ਸੈਂਪਲ ਫੇਲ ਆਏ? ਹਾਂ, ਕੋਈ 12 ਸੈਂਪਲ। ਕੋਈ ਮਰੀਜ਼ ਵੀ ਆਏ ਦੋਵਾਂ? ਸਰ ਮਰੀਜ਼ ਆਏ ਹੋਏ ਅੱਜ ਦੀ ਡੇਟ 'ਚ, ਅਗਰ ਮਤਲਬ ਪਿਛਲੇ ਹਫ਼ਤੇ ਲਾਸਟ ਵੀਕ 16 ਤੋਂ 20 ਮਰੀਜ਼ ਜਿਹੜੇ ਆਪਾਂ ਨੂੰ ਦਾਖਲ ਹੋਏ ਸੀਗੇ, ਤੋ ਇਲਾਜ ਕਰਵਾ ਕੇ ਉਹਨੂੰ ਸਿਹਤ ਸਲਾਮਤ ਘਰ ਭੇਜ ਦਿੱਤਾ ਗਿਆ ਹੈ। ਅੱਜ ਦੀ ਤਰੀਕ ਸਰ 2 ਪੇਸ਼ੈਂਟ ਆਪਾਂ ਨੂੰ ਦਾਖਲ, ਕਿਹੜੀ ਕਿਹੜੀ ਬਿਮਾਰੀਆਂ ਦਾ? ਉਹਦੇ ਵਿੱਚ ਥੱਲੇ ਬਣੇ ਟੱਟੀਆਂ ਉੱਟੀਆਂ ਨੇ ਫੇਰ ਉਸ ਤੋਂ ਬਾਅਦ ਬੀਪੀ ਘੱਟ ਜਾਂਦਾ। ਆ ਜੇ ਕੋਈ ਬਚਾਅ ਵਾਸਤੇ ਅਸੀਂ ਤਾਂ ਮਿਊਂਸਪਲ ਕਾਰਵਾਈ ਕਮੇਟੀ ਨੂੰ ਲੈਟਰ ਲਿਖ ਦਿੱਤੀ ਆ ਵੀ ਆਪਣੀ ਪਾਣੀ ਦੀ ਸਫਾਈ ਕਰਾਈ ਜਾਵੇ, ਕਲੋਰੀਨੇਸ਼ਨ ਟੇਬਲ ਪਾਏ ਜਾਣ, ਠੀਕ ਹੈ ਨਾ, ਆਪਾਂ ਸੀਵਰੇਜ ਸਿਸਟਮ ਜਿਹੜਾ ਸਹੀ ਕਰਾਇਆ। ਲੋਕਾਂ ਨੂੰ ਕੋਈ ਅਪੀਲ ਕਰਨੀ ਚਾਹੀਦੀ? ਲੋਕਾਂ ਨੂੰ ਅਪੀਲ ਕਰਨੀ ਪਾਣੀ ਜਿਹੜਾ ਆਪਾਂ ਉਬਾਲ ਕੇ ਪੀਣ, ਠੀਕ ਹੈ, ਫਿਲਟਰ ਵਾਲਾ ਪਾਣੀ ਪੀਣ, ਠੀਕ ਹੈ ਨਾ, ਮੋਸਟਲੀ ਇਸ ਤੋਂ ਤਾਂ ਹੀ ਬਚਾਇਆ ਜਾ ਸਕਦਾ। 16 ਸੈਂਪਲ ਆਏ ਸੀ, 16 ਦੇ ਵਿੱਚੋਂ 12 ਜਿਹੜੀ ਰਿਪੋਰਟਾਂ ਫੇਲ ਸੈਂਪਲ ਆਏ ਹੋਏ ਆ, ਕਿਉਂਕਿ ਲੋਕਲ ਏਰੀਆ ਸੁਲਤਾਨਪੁਰ ਦਾ ਏਰੀਆ ਸੀ, ਬੀਬੇ ਨਾਨਕੀ ਨਗਰ ਹੋ ਗਿਆ, ਮਗਨ ਟਾਊਨ ਏਰੀਆ ਹੋ ਗਿਆ, ਪ੍ਰੇਮਪੁਰਾ ਮੁਹੱਲਾ ਹੋ ਗਿਆ, ਫੇਲ ਚੁੱਕੀਆਂ ਹੋਈਆਂ, ਠੀਕ ਹੈ, ਮਗਨ ਟਾਊਨ ਏਰੀਆ ਵਿੱਚੋਂ ਮਤਲਬ ਫੇਲ ਆਏ, ਠੀਕ ਹੈ। ਉਸ ਤੋਂ ਬਾਅਦ ਵੀ ਕੋਈ ਸੈਂਪਲ ਲੈ ਗਿਆ? ਉਸ ਤੋਂ ਬਾਅਦ ਉਹਨੂੰ ਰੀਵੈਰੀਫਾਈ ਕਰਨ ਵਾਸਤੇ ਆਪਾਂ ਸੈਕਿੰਡ ਵਾਸਤੇ ਆਪਣੇ ਸੈਂਪਲ ਕੱਲ੍ਹ ਕਲੈਕਟ ਕੀਤੇ ਆ, 16 ਸੈਂਪਲ ਉਹਨੂੰ ਚੰਡੀਗੜ੍ਹ ਖੜ੍ਹੇ ਜਿਹੜੀ ਲੈਬ ਦੇ ਵਿੱਚ ਭੇਜਾਂਗੇ ਕ੍ਰੋਸ ਵੈਰੀਫਿਕੇਸ਼ਨ ਵਾਸਤੇ। ਕੋਈ 12 ਸੈਂਪਲ ਫੇਲ ਆਏ? ਹਾਂ, ਕੋਈ 12 ਸੈਂਪਲ। ਕੋਈ ਮਰੀਜ਼ ਵੀ ਆਏ ਦੋਵਾਂ? ਸਰ ਮਰੀਜ਼ ਆਏ ਹੋਏ ਅੱਜ ਦੀ ਡੇਟ 'ਚ, ਅਗਰ ਮਤਲਬ ਪਿਛਲੇ ਹਫ਼ਤੇ ਲਾਸਟ ਵੀਕ 16 ਤੋਂ 20 ਮਰੀਜ਼ ਜਿਹੜੇ ਆਪਾਂ ਨੂੰ ਦਾਖਲ ਹੋਏ ਸੀਗੇ, ਤੋ ਇਲਾਜ ਕਰਵਾ ਕੇ ਉਹਨੂੰ ਸਿਹਤ ਸਲਾਮਤ ਘਰ ਭੇਜ ਦਿੱਤਾ ਗਿਆ ਹੈ। ਅੱਜ ਦੀ ਤਰੀਕ ਸਰ 2 ਪੇਸ਼ੈਂਟ ਆਪਾਂ ਨੂੰ ਦਾਖਲ, ਕਿਹੜੀ ਕਿਹੜੀ ਬਿਮਾਰੀਆਂ ਦਾ? ਉਹਦੇ ਵਿੱਚ ਥੱਲੇ ਬਣੇ ਟੱਟੀਆਂ ਉੱਟੀਆਂ ਨੇ ਫੇਰ ਉਸ ਤੋਂ ਬਾਅਦ ਬੀਪੀ ਘੱਟ ਜਾਂਦਾ। ਆ ਜੇ ਕੋਈ ਬਚਾਅ ਵਾਸਤੇ ਅਸੀਂ ਤਾਂ ਮਿਊਂਸਪਲ ਕਾਰਵਾਈ ਕਮੇਟੀ ਨੂੰ ਲੈਟਰ ਲਿਖ ਦਿੱਤੀ ਆ ਵੀ ਆਪਣੀ ਪਾਣੀ ਦੀ ਸਫਾਈ ਕਰਾਈ ਜਾਵੇ, ਕਲੋਰੀਨੇਸ਼ਨ ਟੇਬਲ ਪਾਏ ਜਾਣ, ਠੀਕ ਹੈ ਨਾ, ਆਪਾਂ ਸੀਵਰੇਜ ਸਿਸਟਮ ਜਿਹੜਾ ਉਹਨੂੰ ਸਹੀ ਕਰਾਇਆ। ਲੋਕਾਂ ਨੂੰ ਕੋਈ ਅਪੀਲ ਕਰਨੀ ਚਾਹੀਦੀ? ਲੋਕਾਂ ਨੂੰ ਅਪੀਲ ਕਰਨੀ ਪਾਣੀ ਜਿਹੜਾ ਆਪਾਂ ਉਬਾਲ ਕੇ ਪੀਣ, ਠੀਕ ਹੈ, ਫਿਲਟਰ ਵਾਲਾ ਪਾਣੀ ਪੀਣ, ਠੀਕ ਹੈ ਨਾ, ਮੋਸਟਲੀ ਇਸ ਤੋਂ ਤਾਂ ਹੀ ਬਚਾਇਆ ਜਾ ਸਕਦਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ WhatsApp ਚੈਨਲ ਪਰ।